अज असी तुहानू दर्शन करावांगे गुरद्वारा अड़ीसर साहिब दे। हंडियाया तो बठिंडा नू जाण वाले इस रोड ते आउटलेट तो अगे आके इस जगह तो आके गुरद्वारा अड़ीसर साहिब नू कोठे चुंगा मिजदी हुंदे होए ये सड़क गुरद्वारा अड़ीसर साहिब पहुंचदी है। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅੜੀਸਰ ਸਾਹਿਬ ਜੀ ਦੇ। ਇਹ ਸਥਾਨ ਧੌਲਾ ਅਤੇ ਹੰਡਿਆਇਆ ਦੀ ਜੂਹ ਦੇ ਉੱਪਰ ਸਥਿਤ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਹੰਡਿਆਇਆ ਵਿੱਚ ਕੁਝ ਦਿਨ ਠਹਿਰਨ ਤੋਂ ਬਾਅਦ ਗੁਰਦੁਆਰਾ ਗੁਰੂਸਰ ਪੱਕਾ ਅਤੇ ਗੁਰੂਸਰ ਕੱਚਾ ਹੁੰਦੇ ਹੋਏ ਸਿੱਖ ਸੰਗਤਾਂ ਦੇ ਨਾਲ ਇਸ ਜਗ੍ਹਾ 'ਤੇ ਪਹੁੰਚਦੇ ਨੇ ਤਾਂ ਗੁਰੂ ਸਾਹਿਬ ਦਾ ਘੋੜਾ ਇੱਥੇ ਆ ਕੇ ਅੜੀ ਪੈ ਜਾਂਦਾ। ਇਸ ਜਗ੍ਹਾ ਤੋਂ ਅੱਗੇ ਨਹੀਂ ਵੱਧਦਾ। ਇਤਿਹਾਸ ਵਿੱਚ ਉਸ ਘੋੜੇ ਦਾ ਨਾਮ ਆਉਂਦਾ ਹੈ ਸ੍ਰੀ ਧਰ। ਸ੍ਰੀ ਧਰ ਉਹ ਘੋੜਾ ਜੋ ਬਹਾਦਰਗੜ੍ਹ ਦੇ ਸੈਫੋਦੀਨ ਨਾਮ ਦੇ ਇੱਕ ਵਿਅਕਤੀ ਨੇ ਗੁਰੂ ਸਾਹਿਬ ਨੂੰ ਸਤਿਕਾਰ ਦੇ ਵਜੋਂ ਭੇਟ ਕੀਤਾ ਸੀ ਅਤੇ ਇਹ ਘੋੜਾ ਇੱਥੇ ਆ ਕੇ ਅੜੀ ਪੈ ਜਾਂਦਾ ਹੈ। ਜਦੋਂ ਘੋੜਾ ਅੱਗੇ ਜਾਣ ਤੋਂ ਅੜੀ ਕਰਦਾ ਹੈ ਤਾਂ ਗੁਰੂ ਸਾਹਿਬ ਘੋੜੇ ਦੀਆਂ ਲਗਾਮਾਂ ਢਿੱਲੀਆਂ ਛੱਡ ਦਿੰਦੇ ਨੇ। ਘੋੜਾ ਅੱਗੇ ਨਾ ਜਾ ਕੇ ਦੂਸਰੀ ਸਾਈਡ ਮੁੜ ਜਾਂਦਾ ਹੈ। ਅੱਗੇ ਤੰਬਾਕੂ ਦੇ ਖੇਤ ਸਨ, ਇਸ ਲਈ ਘੋੜਾ ਇਸ ਜਗ੍ਹਾ 'ਤੇ ਆ ਕੇ ਅੜੀ ਕਰਦਾ ਹੈ। ਇਸ ਇਤਿਹਾਸਕ ਘਟਨਾ ਦੇ ਕਾਰਨ ਹੀ ਇਸ ਗੁਰਦੁਆਰਾ ਸਾਹਿਬ ਨੂੰ ਅੜੀਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਹਰ ਐਤਵਾਰ ਨੂੰ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰਨ ਕਰਦੇ ਹਨ। ਅੱਜ ਦੇ ਸਮੇਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅੜੀਸਰ ਵਿੱਚ ਅੜਿਆ ਹੋਇਆ ਕੰਮ ਸਰ ਹੋ ਜਾਂਦਾ ਹੈ। ਸਿੱਖ ਸੰਗਤਾਂ ਦੇ ਵਿੱਚ ਹੁਣ ਇਹ ਵਿਸ਼ਵਾਸ ਬਣ ਚੁੱਕਾ ਹੈ ਕਿ ਜਿਸ ਦਾ ਵੀ ਕੋਈ ਵੀ ਕੰਮ ਅੜਿਆ ਹੋਵੇ ਉਹ ਗੁਰਦੁਆਰਾ ਸਾਹਿਬ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਤਾਂ ਉਸ ਦਾ ਅੜਿਆ ਹੋਇਆ ਕੰਮ ਗੁਰੂ ਸਾਹਿਬ ਜ਼ਰੂਰ ਪੂਰਾ ਕਰਦੇ ਹਨ। ਹਰ ਐਤਵਾਰ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਅੱਗੇ ਆਪਣੀਆਂ ਮਨੋਕਾਮਨਾਵਾਂ ਨੂੰ ਪੂਰਨ ਕਰਨ ਲਈ ਅਰਦਾਸਾਂ ਕਰਵਾਉਂਦੇ ਹਨ। ਇਸ ਜਗ੍ਹਾ ਤੋਂ ਬਾਅਦ ਗੁਰੂ ਸਾਹਿਬ ਸੋਹੀਆਣਾ ਨਾਮ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਦੇ ਨੇ। ਉਸ ਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।